ਸ਼੍ਰੀਕਾਲ ਜੀ, ਜੱਥਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਕੋ ਬੇਨਤੀ ਕਰਦੀ ਹੂੰ, ਬਗੀਚ ਸਿੰਘ ਬੜੇਚਾ ਰਤਾ ਖੇੜੀ ਕੋ ਬੇਨਤੀ ਕਰਦੀ ਹੂੰ, ਸਮੂਹ ਸਿੰਘ ਜੱਥਿਆ ਬੰਦੀਆਂ ਤੋਂ ਬੇਨਤੀ ਹੈ ਕਿ ਮੈਂ ਹਿੰਦੂ ਪਰਿਵਾਰ ਤੋਂ ਲਿੰਕ ਰੱਖਦੀ ਹੂੰ। ਮੇਰੀ 3 ਬੇਟੀਆਂ ਹੈ, ਜਿਸ ਮੈਂ ਸੇ ਮੇਰੀ ਇੱਕ ਬੇਟੀ ਕੋ ਕਿਸੀ ਲੜਕੇ ਨੇ ਤੰਗ ਕਰ ਰੱਖਿਆ ਹੈਗਾ, ਉਸਕੀ ਪੜ੍ਹਾਈਆਂ ਛੁਡਵਾਤੀ ਹੈ। ਸਾਨੂੰ ਬਹੁਤ ਤੰਗ ਕਰਦਾ ਹੈਗਾ ਘਰ ਆ ਕੇ, ਸਾਨੂੰ ਅੱਜ ਮਾਰ ਕੁਟਾਈ ਕਰੀ ਹੈ, ਮੇਰੀ ਲੜਕੀ ਨੇ ਇੰਨਾ ਮਾਰਿਆ ਹੈਗਾ ਉਸਨੇ। ਪੁਲਿਸ ਵਾਲਿਆਂ ਕੋਲ ਜਾ ਕੇ ਆਏ, ਪੁਲਿਸ ਵਾਲਿਆਂ ਨੇ ਸਾਡੀ ਕੋਈ ਸੁਣਵਾਈ ਨਹੀਂ ਕਰੀ, ਸਾਡੀ ਜਿੰਨੇ ਹੋ ਕੇ ਸੁਣਵਾਈ ਕਰੋ, ਸਾਡੀ ਮਦਦ ਕਰੋ। 2 ਦਿਨ ਪਹਿਲਾਂ ਇੱਕ ਹਿੰਦੂ ਔਰਤ ਦੇ ਵੱਲੋਂ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਗਈ ਸੀ ਕਿ ਉਸਦੀ ਕੁੜੀ ਨੂੰ ਇੱਕ ਬਦਮਾਸ਼ ਤੰਗ ਪਰੇਸ਼ਾਨ ਕਰ ਰਿਹਾ ਤੇ ਖਾਸ ਤੌਰ ਦੇ ਉੱਤੇ ਭਾਈ ਬਗੀਚਾ ਸਿੰਘ ਰੱਤਾ ਖੇੜਾ ਦਾ ਨਾਮ ਲੈ ਕੇ ਮਦਦ ਦੇ ਲਈ ਗੁਹਾਰ ਲਗਾਈ ਗਈ ਸੀ, ਜਿਸ ਤੋਂ ਬਾਅਦ ਸਿੰਘਾਂ ਦੇ ਵੱਲੋਂ ਕਾਰਵਾਈ ਕਰਦਿਆਂ ਤੇ ਪੁਰਖਿਆਂ ਦਾ ਇਤਿਹਾਸ ਦੁਹਰਾਉਂਦਿਆਂ ਇੱਕ ਵਾਰ ਫਿਰ ਤੋਂ ਉਸ ਭੈਣ ਦੀ ਪੁਕਾਰ ਦੇ ਉੱਤੇ ਇਹਨਾਂ ਬਦਮਾਸ਼ ਨੌਜਵਾਨਾਂ ਨੂੰ ਖੁਦ ਹੀ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ 2 ਬਦਮਾਸ਼ਾਂ ਨੂੰ ਫੜ ਲਿਆ ਗਿਆ ਪਰ ਇੱਕ ਮੌਕੇ ਦੇ ਉੱਤੋਂ ਫਰਾਰ ਹੋ ਗਿਆ। ਪੂਰੇ ਘਟਨਾਕ੍ਰਮ ਦੇ ਵਿੱਚ ਜਿੱਥੇ ਪੁਲਿਸ ਦੀ ਕਾਰਵਾਈ ਢਿੱਲੀ ਨਜ਼ਰ ਆਈ, ਉੱਥੇ ਇਸ ਘਟਨਾ ਦੇ ਨਾਲ ਇੱਕ ਗੱਲ ਤਾਂ ਸਾਬਿਤ ਹੋ ਗਈ ਹੈ ਕਿ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਹਿੰਦੂ ਕੁੜੀਆਂ ਨੂੰ ਸਿੱਖ ਬਚਾਉਂਦੇ ਰਹੇ ਨੇ, ਉਸ ਨੂੰ ਵੇਖਦਿਆਂ ਅੱਜ ਵੀ ਹਿੰਦੂ ਕੁੜੀਆਂ ਦਾ ਵਿਸ਼ਵਾਸ ਸਰਦਾਰਾਂ ਦੇ ਉੱਤੇ ਬਰਕਰਾਰ ਹੈ ਕਿ ਉਹ ਅੱਜ ਵੀ ਸਰਦਾਰਾਂ ਤੋਂ ਮਦਦ ਦੀ ਆਸ ਰੱਖਦੀਆਂ ਨੇ। ਬਿਊਰੋ ਰਿਪੋਰਟ, ਪੈਰੇਦਾ TV। ਜੇਕਰ ਹਾਲੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਦੇ ਬਟਨ ਤੇ ਦਬਾ ਕੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਬੈਲ ਦਾ ਆਈਕਨ ਵੀ ਦਬਾ ਦਿਓ ਤਾਂ ਕਿ ਹਰ ਖਬਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ।